ਵਾਹਿਗੁਰੂ ਕੀ ਫਤਿਹ। ਕਹਿੰਦੇ ਨੇ ਜਦੋਂ ਵੀ ਦੇਸ਼ 'ਤੇ ਜਾਂ ਕਿਸੇ 'ਤੇ ਮੁਸੀਬਤ ਆਉਂਦੀ ਹੈ ਤਾਂ ਸਿੱਖ ਕੌਮ ਕੰਧ ਵਾਂਗ ਖੜ੍ਹ ਜਾਂਦੀ ਹੈ। ਇਸ ਵਕਤ ਕਰੋਨਾ ਵਾਇਰਸ ਜੋ ਪੰਜਾਬ ਦੇ ਵਿੱਚ ਵੱਖ ਵੱਖ ਪੂਰੇ ਪੰਜਾਬ ਦੇ ਵਿੱਚ ਨਹੀਂ ਬਾਹਰਲੇ ਦੇਸ਼ਾਂ ਦੇ ਵਿੱਚ ਫੈਲਿਆ ਹੋਇਆ, ਉੱਥੇ ਸਾਡੇ ਵੀ ਸਰਦਾਰ ਜੀ ਖੜ੍ਹੇ ਨੇ। ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਹੈਲਪਿੰਗ ਹੈਂਡ ਵੈਲਫੇਅਰ ਸੁਸਾਇਟੀ ਜੀਰਾ ਇਕੱਠੀ ਹੋਈ ਹੈ। ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕਰੋਨਾ ਜਿਹੜੀ ਇੱਕ ਨਾਂ ਦੀ ਬਿਮਾਰੀ ਹੈ, ਸਾਰੇ ਪੰਜਾਬ 'ਚ ਕੀ ਹਿੰਦੁਸਤਾਨ, ਇੰਡੀਆ 'ਚ, ਸਾਰੇ ਬਾਹਰਲੇ ਮੁਲਕਾਂ 'ਚ ਵੀ ਜਿਹੜੀ ਘਾਤ ਕਰ ਚੁੱਕੀ ਹੈ। ਆਪਾਂ ਨੂੰ ਪਤਾ ਵੀ ਪ੍ਰਸ਼ਾਸਨ ਨੇ ਇੱਕ ਕਰਫਿਊ ਨਾਂ ਦਾ ਆਪਾਂ ਨੂੰ ਐਲਾਨ ਕੀਤਾ ਹੋਇਆ, ਪਰ ਆਪਾਂ ਦੇਖ ਰਹੇ ਹਾਂ ਕਿ ਲੋਕ ਜਿਹੜੇ ਨੇ ਹਾਲੇ ਵੀ ਤੁਰੇ ਫਿਰਦੇ ਨੇ ਝੁੰਡ ਬਣਾ ਕੇ। ਅਸੀਂ ਹੈਲਪਿੰਗ ਹੈਂਡ ਵੈਲਫੇਅਰ ਸੁਸਾਇਟੀ ਜੀਰਾ ਵੱਲੋਂ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਘਰਾਂ ਵਿੱਚ ਰਹੋ, ਕਿਉਂਕਿ ਇਹ ਜਿਹੜੀ ਬਿਮਾਰੀ ਹੈ ਇਹ ਹੈਂਡ ਟੂ ਹੈਂਡ ਹੋ ਰਹੀ ਹੈ, ਇੱਕ ਦੂਜੇ ਨੂੰ ਛੂਹਣ ਨਾਲ ਹੋ ਰਹੀ ਹੈ। ਕਿਉਂ ਨਾ ਆਪਾਂ ਪ੍ਰਸ਼ਾਸਨ ਦਾ ਵੱਧ ਤੋਂ ਵੱਧ ਸਾਥ ਦੇਈਏ ਅਤੇ ਇਸ ਬਿਮਾਰੀ ਤੋਂ ਆਪਾਂ ਬਚ ਸਕੀਏ। ਅੱਜ ਹੈਲਪਿੰਗ ਹੈਂਡ ਦੀ ਟੀਮ ਜਿਹੜੀ ਇਕੱਠੀ ਹੋਈ ਹੈ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਗਰੀਬ ਮਜ਼ਦੂਰ ਜਿਹੜਾ ਦਿਹਾੜੀ ਕਰਦਾ ਸੀਗਾ, ਉਹਦਾ ਜਿਹੜਾ ਪਰਿਵਾਰ ਦਾ ਗੁਜ਼ਾਰਾ ਚੱਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਅੱਜ ਹੈਲਪਿੰਗ ਹੈਂਡ ਟੀਮ ਇਕੱਠੀ ਹੋਈ ਹੈ ਵੀ ਲੋੜਵੰਦ ਪਰਿਵਾਰਾਂ ਦੀ ਜਿਹੜੀ ਆਈਡੈਂਟੀਫਾਈ ਕੀਤੀ ਜਾਊਗੀ ਅਤੇ ਉਹਨਾਂ ਨੂੰ ਕੱਲ੍ਹ ਤੋਂ ਜਿਹੜਾ ਰਾਸ਼ਨ ਹੈ ਜਿਹੜਾ ਉਹ ਸਾਰਾ ਪ੍ਰੋਵਾਈਡ ਕੀਤਾ ਜਾਊਗਾ। ਇਹ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਹੋ ਰਿਹਾ, ਜੀਰਾ ਸ਼ਹਿਰ ਦੇ ਨਿਵਾਸੀਆਂ ਨਾਲ ਹੋ ਰਿਹਾ, ਅਤੇ ਅਸੀਂ ਹੱਥ ਜੋੜ ਕੇ ਵਾਰੀ ਵਾਰੀ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਆਪਣੇ ਘਰਾਂ ਦੇ ਵਿੱਚ ਜਿਹੜਾ ਆਈਸੋਲੇਸ਼ਨ ਰਹੋ, ਕਮਰਿਆਂ ਨੂੰ ਬੰਦ ਕਰਕੇ ਰੱਖੋ, ਘੱਟ ਤੋਂ ਘੱਟ ਲੋਕਾਂ ਨੂੰ ਮਿਲੋ ਤਾਂ ਕਿ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਸਕ ਬਣਾ ਰਹੇ ਨੇ ਤਾਂ ਫ੍ਰੀ ਵੰਡ ਰਹੇ ਨੇ, ਆਪਾਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਖਾਲਸਾ ਜੀ, ਕਿੰਨੇ ਕੁ ਤੁਸੀਂ ਆਈ ਚੁੱਕੇ ਬਣਾ ਸਕਦੇ? ਕਹਿੰਦੇ ਨੇ ਇਨਸਾਨ ਦੀ ਕੋਈ ਜਾਤ ਪਾਤ ਨਹੀਂ ਹੁੰਦੀ, ਉਸ ਨੂੰ ਸਿੱਧ ਕਰਦੇ ਹੋਏ ਸਾਡੇ ਖਾਨ ਸਾਹਿਬ ਨੇ ਜਿੱਥੇ ਸਿੱਖ ਭਾਈਚਾਰਾ ਮਾਸਕ ਦੇ ਲੰਗਰ ਲਾ ਰਿਹਾ ਉੱਥੇ ਇਹ ਸੇਵਾ ਕਰ ਰਹੇ ਨੇ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ। ਖਾਨ ਸਾਹਿਬ, ਇਹ ਜਿਹੜੇ ਮਾਸਕ ਬਣਾ ਰਹੇ ਹੋ ਤੁਸੀਂ ਸੇਵਾ ਕਰਨ ਵਾਸਤੇ? ਜੀ, ਇਹ ਸੇਵਾ ਕਰਨ ਲਈ ਲਗਾ ਰਹੇ ਹਾਂ। ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਹੈ ਆਪਸ ਮੇਂ ਭਾਈ ਭਾਈ, ਇਨਕੇ ਸਭ ਮਤਲਬ ਰਹਿਣਾ ਇੱਕ ਹੀ ਬਾਤ ਹੈ, ਕਿਸੇ ਕੀ ਸੇਵਾ ਹੋ ਜਾਏ ਔਰ ਹਮਸੇ ਕੁਛ ਮਿਹਨਤ ਹੋ ਕੇ ਕੁਛ ਜੋ ਹੈ ਨਾ ਕੰਮ ਆ ਜਾਏ ਲੋਕ। ਹਜੇ ਤੱਕ ਹਮਾਰੇ ਸੰਡੇ ਜੋ ਹੈ ਨਾ ਇਹ ਸਾਰਾ ਮਾਸ ਵਗੈਰਾ ਜੋ ਬਣਾਉਣ ਕੇ ਲਈ ਬੁਟੀਕ ਮੈਂ ਤਿਆਰ ਕਰਵਾਇਆ ਹੈ, ਸਾਰਾ ਫ੍ਰੀ ਸੇਵਾ ਦੇ ਲਈ ਹੋਇਆ ਹੈ। ਇਹ ਤੋਂ ਸੇਧ ਲੋਕਾਂ ਨੂੰ ਦਿੱਤੀਆਂ ਨੇ, ਕਹਿੰਦੇ ਹਿੰਦੂ, ਮੁਸਲਿਮ, ਸਿੱਖ, ਈਸਾਈ ਚਾਰੇ ਨੇ ਭਾਈ ਭਾਈ, ਇਹਨਾਂ ਦਾ ਮਤਲਬ ਇਹ ਕਹਿਣ ਦਾ ਜਦੋਂ ਵੀ ਮੁਸੀਬਤ ਆਉਂਦੀ ਹੈ ਕਿਸੇ 'ਤੇ ਇਹਨਾਂ ਨੂੰ ਇੱਕਜੁੱਟ ਹੋਣਾ ਚਾਹੀਦਾ ਕਿ ਸਾਨੂੰ ਜਾਤਾਂ ਪਾਤਾਂ 'ਚ ਨਹੀਂ ਵੰਡਿਆ ਜਾਏਗਾ। ਤੀਰਥ ਸਨੇਹ ਨਾਲ ਪਹਿਰੇਦਾਰ ਟੀਵੀ।